ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ ਅਸਲਾਮੁਅਲੈਕਮ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾਂ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਕਰੋ ਸਾਡੀ ਆਵਾਜ਼ ਤਗੜੀ ਕਰੋ ਤੇ ਦੂਰ ਤੱਕ ਅਪੜਾਓ ਹੁਣ ਆਉਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ ਅੱਜ ਤੁਹਾਡੇ ਨਾਲ ਕੋਈ ਦੋ ਤਿੰਨ ਗੱਲਾਂ ਸਾਂਝੀਆਂ ਕਰਨੀਆਂ ਨੇ ਪਰ ਜਿਹੜੀ ਪਹਿਲੀ ਗੱਲ ਅੱਜ ਦੀ ਹੈ ਉਹ ਹੈ ਇਮਰਾਨ ਖਾਨ ਤੇ 36 ਲੱਖ ਰੁਪਏ ਦਾ ਰੋਟੀ ਟੁੱਕਰ ਤੁਹਾਡਾ ਵੀ ਆਸਾ ਨਿਕਲ ਗਿਆ ਹੋਏਗਾ ਬੱਲੇ ਓ ਸ਼ੇਰ ਬੱਗੇ ਓ ਤੁਹਾਡੇ ਕੋਲੋਂ ਵੀ ਕਿਸੇ ਚੰਗੀ ਗੱਲ ਦੀ ਉਮੀਦ ਕੋਈ ਨਹੀਂ ਇਹਨਾਂ ਨਵਾਂ ਡਾਟਾ ਜਾਰੀ ਕੀਤਾ ਹੈ ਜਿਹਦੇ ਮੁਤਾਬਕ ਇਹਨਾਂ ਆਖਿਆ ਵੀ ਪਿਛਲੇ 6 ਮਹੀਨਿਆਂ 'ਚ ਇਮਰਾਨ ਖਾਨ ਨੇ 36 ਲੱਖ ਰੁਪਏ ਦੇ ਖਾਪੇ ਖਾ ਗਿਆ ਰੋਟੀ ਟੁੱਕਰ ਖਾ ਗਿਆ ਅੱਛਾ ਉਹ ਹੁਣ ਤੁਸੀਂ ਵੀ ਹੱਸਦੇ ਹੋਵੋਗੇ ਹਾਂਜੀ ਇਹ ਉਸੇ ਇਮਰਾਨ ਖਾਨ ਦੀ ਗੱਲ ਕਰਨ ਡਏ ਨੇ ਜਿਹੜਾ ਬੰਦੇ ਨੂੰ ਚਾਹ ਦੇ ਨਾਲ ਦੂਸਰੇ ਬਿਸਕਟ ਤੋਂ ਬਾਅਦ ਤੀਜਾ ਬਿਸਕਟ ਚੁੱਕਣ ਨਹੀਂ ਦਿੰਦਾ ਉਸ ਇਮਰਾਨ ਖਾਨ ਦੀ ਗੱਲ ਕਰਨ ਡਏ ਨੇ ਇਹਨਾਂ ਸਾਰਿਆਂ ਨੂੰ ਨਵਾਜ਼ਦੀ ਵੀ ਸਮਝਿਆ ਤੁਹਾਨੂੰ ਪਤਾ ਵੀ ਨਵਾਜ਼ ਸ਼ਰੀਫ ਸਾਹਿਬ ਜਿਸ ਵੇਲੇ ਜੇਲ੍ਹ ਜਾਨ ਦੇ ਅੱਗੋਂ ਬੰਦਾ ਉਹਨਾਂ ਦੇ ਅੱਗੋਂ ਦੀ ਬੰਦਾ ਨਹੀਂ ਸੀ ਲੰਘਦਾ ਵੀ ਜੇ ਰੋਟੀ ਅੱਧਾ ਘੰਟਾ ਘਰੋਂ ਲੇਟ ਹੋ ਗਈ ਤੇ ਬੰਦਾ ਨਾਲ ਚੁੱਕ ਕੇ ਖਾ ਜਾਣ ਇਹਨਾਂ ਨੂੰ ਇਹ ਲੱਗਦਾ ਜਿਵੇਂ ਸਰੀ ਪਾਵੇ ਖੇਦ ਜ਼ੁਬਾਨਾ ਮਗਜ਼ ਮਤਲਬ ਹਾਰੋ ਸ਼ੈ ਖਾਈ ਜਾਣੀ ਜਿਹੜੀ ਮੇਰਾ ਮਤਲਬ ਹੈ ਕਿ ਜਿਹਦਾ ਬਾਅਦ ਚ ਇਸਤੇਮਾਲ ਵੀ ਨਵਾਸ਼ੀ ਸਾਹਿਬ ਨੇ ਕੋਈ ਨਹੀਂ ਕੀਤਾ ਕਦੇ ਜ਼ਿੰਦਗੀ ਚ ਹਾਰੋ ਸ਼ੈ ਖਾਈ ਜਾਣੀ ਹਰ ਵੇਲੇ ਹਰ ਸ਼ੈ ਹਰ ਕਿਸੇ ਕੋਲੋਂ ਮੰਗੀ ਵੀ ਜਾਣੀ ਹੈ ਤੇ ਉਸ ਤੋਂ ਬਾਅਦ ਖਾਈ ਵੀ ਜਾਣੀ ਇਹਨਾਂ ਸੋਚਿਆ ਵੀ ਇਮਰਾਨ ਖਾਨ ਵੀ ਉਨਜੀ ਹੈ ਤੇ ਉਹ ਜਿਹੇ ਡਾਟਾ ਇਹਨਾਂ ਕੱਢਿਆ ਇਹਦੇ ਤੇ ਚਾਨਣ ਪਾਉਨੇ ਪਰ ਇਸ ਤੋਂ ਪਹਿਲਾਂ ਅਸਲ ਤੁਹਾਨੂੰ ਇਹ ਵਿਖਾਉਨੇ ਆ ਕਿ ਇਹਨਾਂ ਨੇ ਜਿਹੜਾ ਆਪ ਕਾਗਜ਼ ਜਾਰੀ ਕੀਤਾ ਸੀ ਨਾ ਆਪ ਉਹਦੇ ਵਿੱਚ ਉਹ ਤੁਹਾਡੇ ਸਾਹਮਣੇ ਰੱਖਣ ਦੇ ਆ ਉਹ ਦੱਸਣ ਦੇ ਆ ਜੀ ਕਿ ਇਮਰਾਨ ਖਾਨ ਨੂੰ ਸਵੇਰ ਵੇਲੇ ਕੀ ਲੱਭਦਾ ਆਂਡਾ ਤੇ ਦਬਲ ਰੋਟੀ ਤੇ ਨਾਲ ਜਿਹੜਾ ਲੰਚ ਤੇ ਡਿਨਰ ਹੈ ਮੀਨ ਦੁਪਹਿਰ ਦੀ ਰੋਟੀ ਤੇ ਰਾਤ ਦੀ ਰੋਟੀ ਜਿਹੜੀ ਇਮਰਾਨ ਖਾਨ ਸਾਹਿਬ ਐਸੇ ਦੋ ਵਕਤ ਦੀ ਰੋਟੀ ਖਾਂਦੇ ਨੇ ਉਹ ਤਿੰਨ ਵਕਤ ਦੀ ਨਹੀਂ ਖਾਂਦੇ ਇਹ ਤੇ ਤੁਹਾਨੂੰ ਮੈਂ ਪਹਿਲਾਂ ਦੱਸ ਦਿਆਂ ਕਿ ਮੈਂ ਉਹਨਾਂ ਨਾਲ ਰਿਹਾ ਮੈਨੂੰ ਬਿਲਕੁਲ ਉਹਨਾਂ ਦੇ ਬਾਰੇ ਪਤਾ ਹੈ ਉਹ ਦੁਪਹਿਰ ਦੀ ਰੋਟੀ ਅਕਸਰ ਨਹੀਂ ਖਾਂਦੇ ਸਵੇਰ ਦਾ ਨਾਸ਼ਤਾ ਕਰਦੇ ਨੇ ਤੇ ਰਾਤ ਦੀ ਰੋਟੀ ਖਾਂਦੇ ਨੇ ਉਹ ਵੀ જરા ਛੇਤੀ ਖਾਂਦੇ ਨੇ ਰਾਤ ਦੀ ਰੋਟੀ ਇੱਕ ਦਿਨਾਂ ਤਿੰਨ ਵਕਤ ਦੀ ਰੋਟੀ ਦਾ ਕੱਢਿਆ ਇਹ ਵੀ ਝੂਠ ਸੀ ਕਿਉਂਕਿ ਇਮਰਾਨ ਖਾਨ ਸਾਹਿਬ ਤਿੰਨ ਵਕਤ ਦੀ ਰੋਟੀ ਖਾਣਾ ਪਸੰਦ ਨਹੀਂ ਕਰਦੇ ਦੋ ਹੀ ਵੇਲੇ ਖਾਂਦੇ ਨੇ ਅੱਛਾ ਦੂਜੀ ਉਹਨਾਂ ਦੇ ਬਾਰੇ ਬੜੀਆਂ ਗੱਲਾਂ ਧਵਾਇਆਂ ਨੇ ਉਹ ਇੰਨਾ ਗੋਸ਼ ਖਾ ਜਾਂਦੇ ਨੇ ਉਹ ਇੰਨਾ ਉਹ ਜਵਾਨੀ 'ਚ ਖਾਂਦੇ ਹੋਣਗੇ ਜਿਸ ਵੇਲੇ ਪਹਿਲਵਾਨੀ ਕਰਦੇ ਸਨ ਮਤਲਬ ਕਿ ਜਿਸ ਵੇਲੇ ਕ੍ਰਿਕਟ ਖੇਡਦੇ ਸਨ ਐਥਲੀਟਸ ਹਨ ورزش ਕਰਦੇ ਸਨ ਹੁਣ ਉਹ ਬੜਾ ਨਪਿਆ ਤੁਲਿਆ ਆਬਾਦਤ ਕਰਨੀ ਹੁੰਦੀ ਉਹਨਾਂ ਜਾਗਣਾ ਬਹੁਤਾ ਹੁੰਦਾ ਸੌਣਾ ਘੱਟ ਹੁੰਦਾ ਵਜ਼ੀਰ ਆਜ਼ਮੀ ਦੇ ਜ਼ਮਾਨੇ ਚ ਵੀ ਉਸ ਤੋਂ ਬਾਅਦ ਵੀ ਮੈਂ ਉਹਨਾਂ ਦੇ ਨਾਲ ਰਿਹਾ ਹਾਂ ਉਹ ਬੜਾ ਨਪਾ ਨਪਿਆ ਤੁਲਿਆ ਹੁਣ ਉਹ ਖਾਂਦੇ ਨੇ ਬਿਲਕੁਲ ਜਵਾਨੀ ਦੇ ਦਿਨਾਂ ਜਿਸ ਵੇਲੇ ਮੈਂ ਤੁਹਾਨੂੰ ਆਖਿਆ ਵੀ ਉਹ ਆਪਣੀ ਕਸਰਤ ਕਰਦੇ ਸਨ ਆਪਣੀ ਵਰਜ਼ਿਸ਼ ਕਰਦੇ ਸਨ ਉਸ ਵੇਲੇ ਉਹ ਖਾਂਦੇ ਸਨ ਸਾਰੇ ਪਹਿਲਵਾਨ ਖਾਂਦੇ ਨੇ ਸਾਰੇ ਐਥਲੀਟ ਖਾਂਦੇ ਨੇ ਤੇ ਉਹ ਵੀ ਖਾਂਦੇ ਸਨ ਤੇ ਖਾਦਾ ਹੋਇਆ ਕੌਮ ਵਾਸਤੇ ਹਲਾਲ ਵੀ ਕਰਦੇ ਸਨ ਅਵਾਰਡ ਜਿੱਤ ਕੇ ਲਿਆਉਂਦੇ ਸਨ ਕੱਪ ਜਿੱਤ ਕੇ ਲਿਆਉਂਦੇ ਸਨ ਜਿਸ ਵੇਲੇ ਤੁਹਾਡੇ ਪਿੰਡਾਂ ਦੇ ਮੁੰਡੇ ਕੌਡੀ ਖੇਡਦੇ ਨੇ ਤੇ ਮਾਵਾ ਉਹਨਾਂ ਨੂੰ ਚਾਰ ਦੀਆਂ ਨੇ ਦੇਸੀ ਘਿਓ ਤੇ ਮੱਖਣ ਤੇ ਹਰਸ਼ ਹੈ ਉਹ ਫਿਰ ਪਿੰਡ ਆਸਤੇ ਅਣਖ ਵੀ ਜਿੱਤ ਕੇ ਲਿਆਉਂਦੇ ਨੇ ਐ ਨਿਵਾਸ਼ੀ ਸਾਹਿਬ ਵਰਗੇ ਗਿੱਧੜਦਰੀ ਨਾ ਵੀ ਲੰਮੇ ਪੈ ਹੀ ਬਸ ਫਿਰ ਤੁਹਾਨੂੰ ਪਤਾ ਹੀ ਹੈ ਵੀ ਢਕਾਰ ਮਾਰਦੇ ਰਹਿੰਦੇ ਨੇ ਬਹਰ ਹੁਣ ਵਾਪਸ ਆਉਣੇ ਉਹਨਾਂ ਦੀ ਉਸ ਗੱਲ ਦੇ ਉੱਤੇ ਵੀ ਦੋ ਰਵੇਲੇ ਦੀ ਰੋਟੀ ਖਾਣ ਵਾਲਾ ਉਹੀ ਇਮਰਾਨ ਖਾਨ ਉਹਦੇ ਆਸਤੇ ਇਹਨਾਂ ਦੱਸਿਆ ਵੀ ਜੀ ਰਾਤ ਨੂੰ ਵੀ ਦਾਲ ਤੇ ਨਾਲ ਕੋਈ ਫੁਲਕਾ ਤੇ ਨਾਲ ਕੋਈ ਸਬਜ਼ੀ ਕਿਸੇ ਦਿਨ ਤੇ ਕਿਸੇ ਦਿਨ ਦਾਲ ਤੇ ਇਹ ਹੀ ਹੈ ਮੈਨੂ ਇਹਨਾਂ ਦਿੱਤਾ ਤੇ ਨਾਲ ਥੱਲੇ ਲਿਖਿਆ ਵੀ ਜਦੋਂ ਉਹ ਆਂਦੇ ਨੇ ਤੇ ਉਹਦੋਂ ਉਹਨਾਂ ਨੂੰ ਚਿਕਨ ਵੀ ਮਤਲਬ ਕਿ ਮੁਰਗੀ ਵੀ ਬਣਾ ਕੇ ਦੇ ਦਿੰਨੇ ਆ ਇਹ ਨਾ ਆਪਣੇ ਉਹਦੇ ਵਿੱਚ ਲਿਖਿਆ ਹੁਣੇ ਆਂਦੇ ਨੇ ਕਿ ਇਮਰਾਨ ਖਾਨ ਜਿਹੜਾ ਉਹ 6 ਮਹੀਨਿਆਂ ਦੇ ਵਿੱਚ 36 ਲੱਖ ਰੁਪਏ ਦਾ ਰੋਟੀ ਟੁੱਕਰ ਖਾ ਗਿਆ ਇਹਨਾਂ ਦੀ ਬੇਸ਼ਰਮੀ ਤੁਹਾਡੇ ਸਾਹਮਣੇ ਅਸੀਂ ਤਾਂ ਰੱਖਣੀ ਸੀ ਪਰ ਸਾਡੇ ਇੱਕ ਮਿੱਤਰ ਨੇ ਤੁਹਾਡੇ ਵਿੱਚੋਂ ਹੀ ਸਾਨੂੰ ਇਹਦੇ ਤੇ ਬੜਾ ਜ਼ਬਰਦਸਤ ਉਹਨਾਂ ਨੇ ਪੂਰਾ ਸਿਸਟਮ ਬਣਾ ਕੇ ਘੱਲਿਆ ਉਹ ਤੁਹਾਡੇ ਸਾਹਮਣੇ ਰੱਖਦੇ ਆ ਤੇ ਸੁਣੋ ਵੀ ਤੇ ਪੜੋ ਵੀ ਉਹਨਾਂ ਆਖਿਆ ਜੀ 6 ਮਹੀਨੇ ਅਜ ਜਿਹੜੇ ਨੇ ਉਹ 24 ਹਫ਼ਤੇ ਬਣਦੇ ਨੇ ਇੱਕ ਹਫ਼ਤੇ ਦੇ ਵਿੱਚ ਦੋ ਦੋ ਵਾਰੀ ਜ਼ਿਆਦਾ ਜ਼ਿਆਦਾ ਦੇਸੀ ਮੁਰਗਾ ਇਮਰਾਨ ਖਾਨ ਸਾਹਿਬ ਆਖਦੇ ਹਣਗੇ ਤੇ ਖਾ ਲੈਂਦੇ ਹੋਣਗੇ ਤੇ ਦੋ ਵਾਰੀ ਮਟਨ ਦਾ ਗੋਸ਼ ਖਾ ਲੈਂਦੇ ਹੋਣਗੇ ਤੇ ਬਾਕੀ ਤਿੰਨ ਦਿਨ ਦਾਲ ਖਾ ਲੈਂਦੇ ਹੋਣਗੇ ਤੇ ਸਬਜ਼ੀ ਖਾ ਲੈਂਦੇ ਹੋਣਗੇ ਇਹ ਵੀ ਸਾਨੂੰ ਪਤਾ ਨਹੀਂ ਵੀ ਇੰਜ ਹੁੰਦਾ ਹੈਗਾ ਵਦ ਵਦ ਤੋਂ ਵੱਧ ਉਹਨਾਂ ਆਖਿਆ ਕਿਉਂਕਿ ਇਹਨਾਂ ਖਾਦੇ ਥੱਲੇ ਲਿਖਿਆ ਸੀ ਕਿ ਆ ਰੈਗੂਲਰ ਸਾਡਾ ਸਿਸਟਮ ਹੈ ਦਾਲ ਰੋਟੀ ਦਾ ਤੇ ਉਹ ਜਿਸ ਵਲੇ ਆਂਦੇ ਨੇ ਉਹਨਾਂ ਨੂੰ ਚਿਕਨ ਵੀ ਬਣਾ ਕੇ ਦੇ ਦੇਣੇ ਤੇ ਗੋਸ਼ ਵੀ ਬਣਾ ਕੇ ਦੇ ਦੇਣੇ ਬਹਰਲ ਉਹਨਾਂ ਆਖਿਆ ਕਿ ਜਰਾ ਇਹ ਸਾਹਬ ਲਾਲੇ ਨੇ ਵੀ ਹਲੇ ਵੀ ਇਮਰਾਨ ਖਾਨ ਕਸਰਤ ਕਰਦਾ ਹੈ ਤੇ ਪੂਰੇ ਜ਼ੋਰਾਂ ਚ ਖਾ ਰਿਹਾ ਤੇ ਇੱਕ ਸੇਰ ਗੋਸ਼ ਖਾ ਜਾਂਦਾ ਹੈ ਹਜੇ ਵੀ ਪੂਰਾ ਉਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਨਾ ਆਪਣਾ ਸਿਸਟਮ ਬਣਾਇਆ ਉਹਨਾਂ ਆਖਿਆ ਜੀ ਮਟਨ ਦਾ ਗੋਸ਼ ਜਿਹੜਾ ਉਹ 3000 ਰੁਪਏ ਫੀ ਕਿਲੋ ਲਾ ਲਓ ਤੇ ਦੇਸੀ ਮੁਰਗ ਜਿਹੜਾ ਉਹ ਤਕਰੀਬਨ 2000 ਰੁਪਏ ਕਿਲੋ ਲਾ ਲਓ ਤੇ ਇਹ ਉਹਨਾਂ ਆਖਿਆ ਜੀ 24 ਹਫ਼ਤਿਆਂ ਦਾ ਇਹ ਤਕਰੀਬਨ 1,20,000 ਰੁਪਏ ਦਾ ਦੇਸੀ ਮੁਰਗਾ ਤੇ گوشਤ ਬਣ ਜਾਂਦਾ ਜਿਉਂ ਦੋ ਦਿਨ ਉਹ ਖਾਣ ਦੋ ਦਿਨ ਉਹ ਖਾਣ ਤੇ ਤਿੰਨ ਦਿਨ ਮਤਲਬ ਚਾਰ ਦਿਨ گوشਤ ਤੇ ਮੁਰਗਾ ਖਾਣ ਦੇਸੀ ਤੇ ਤਿੰਨ ਦਿਨ ਉਹ ਜਿਹੜਾ ਨਾ ਦਾਲ ਤੇ ਸਬਜ਼ੀ ਖਾਣ ਇਹ ਜਿਉਂ ਇੰਜ ਖਾਣ ਤੇ ਫਿਰ ਗੱਲ ਕਰਨ ਦੇ 1,20,000 ਦਾ 6 ਮਹੀਨਿਆਂ ਦਾ گوشਤ ਜਿਹੜਾ ਨਾ ਉਹ ਬਣ ਜਾਂਦਾ ਚਾਰ ਦਿਨ ਦਾਲ ਸਬਜ਼ੀ ਤੇ ਮੇਰਾ ਮਤਲਬ 300 ਰੁਪਏ ਦਿਨ ਦੇ ਹਿਸਾਬ ਨਾਲ ਲਾਓ ਤੇ ਤਕਰੀਬਨ 30,000 ਰੁਪਏ ਇਹ ਬਣ ਜਾਂਦਾ ਮਤਲਬ ਇੱਕ ਬੰਦੇ ਦੀ ਰੋਟੀ ਦਾ ਅਸੀਂ ਹਿਸਾਬ ਲਾ ਰਹੇ ਪੂਰੇ ਟੱਬਰ ਦੀ ਰੋਟੀ ਦਾ ਨਹੀਂ ਇਕੱਲੇ ਇਮਰਾਨ ਖਾਨ ਦੇ ਖਾਤੇ ਨਾਲ 36 ਲੱਖ ਰੁਪਇਆ ਪਾਇਆ ਇਹਨਾਂ ਦਾ ਬੇੜਾ ਕਰਕੇ ਜੇ ਅਜਾਉਣਾ ਕਿਹਾ ਜੀ ਅਗਰ ਦਿਨ ਦੇ ਵਿੱਚ ਜ਼ਾਹਿਰ ਹੈ ਮੈਂ ਤੁਹਾਨੂੰ ਆਖਿਆ ਕਿ ਉਹ ਦੁਪਹਿਰ ਦੇ ਵੇਲੇ ਛੋਟਾ ਮੋਟਾ ਫਲ ਲੈ ਲੈਂਦੇ ਨੇ ਰੋਟੀ ਨਹੀਂ ਖਾਂਦੇ ਉਹ ਕੋਈ ਕੋਈ ਮੇਰਾ ਮਤਲਬ ਹੈ ਕੋਈ ਜੂਸ ਪੀ ਲਿਆ ਜਾਂ ਫਲ ਐ ਇਹ ਉਹਨਾਂ ਦਾ ਹੁੰਦਾ ਸੀ ਤੇ ਉਹ ਅਗਰ ਫਲ ਫਲ ਵਗੈਰਾ ਵੀ ਲਾ ਲਓ ਅਗਰ ਉਹਨਾਂ ਆਖਿਆ ਦੇ ਇਹ ਅਗਰ ਦਿਨ ਦੇ ਵਿੱਚ ਦੋ ਵੇਲੇ ਵੀ ਉਹ ਫਲ ਖਾਣ ਦੇਖੋ 60000 ਰੁਪਏ ਦਾ ਉਹਨਾਂ ਨੇ ਫੜ ਲਾ ਲਿਆ ਜੀ ਤਕਰੀਬਨ 6 ਮਹੀਨਿਆਂ ਦੇ ਵਿੱਚ ਇੱਕ ਬੰਦਾ ਖਾ ਲੇਗਾ ਦੇਸੀ ਕਿਉਂ ਉਹਦੇ ਵਿੱਚ ਉਹਨਾਂ ਆਖਿਆ ਜੀ ਪੱਕਦਾ ਹੋਏਗਾ ਜ਼ਰੂਰ ਇਹ ਵੀ ਇਹ ਵੀ ਇਹਨਾਂ ਆਖੜਾਂ ਚ ਦੇਸੀ ਕਿਉਂ ਅੱਜ ਪਕਾਪਕਾ ਦਿੰਦੇ ਸਾਂ ਇਹ ਤੁਸੀਂ इमरान ਖਾਨ ਕੋਲੋਂ ਪਹਿਲਾਂ ਵੀ ਉਹਨੇ ਤੁਹਾਨੂੰ ਛੱਡਣਾ ਕੋਈ ਨਹੀਂ ਤੇ ਉੱਤੋਂ ਤੁਸੀਂ ਦੇਸੀ ਕਿਉਂ ਆਉਂਦੇ ਹੋ ਬਕੌਲ ਤੁਹਾਡੇ ਤੇ ਆਪਣੀਆਂ ਤੁਸੀਂ ਆਦਤਾਂ ਆਪ ਹੀ ਵੇਖ ਲਓ ਵੀ ਤੁਹਾਡਾ ਉਹਨੇ ਫਿਰ ਕਰਨਾ ਕੀ ਹੈ ਬਾਹਰ ਆ ਕੇ ਬਹਰਾਲ ਦੇਸੀ ਕਿਉਂ 6 ਮਹੀਨੇ ਦਾ ਲਾ ਲੋ ਉਹਨਾਂ ਕਿਹਾ ਜੀ 7-8 किलो ਖਾ ਗਿਆ ਹੋਏਗਾ Imran Khan ਮਹੀਨੇ ਚ ਸੇਰ ਖਾ ਜਾਏਗਾ ਚਲੋ 12 ਸੇਰ ਲਾ ਲਓ ਇਹਨਾਂ ਨੇ 36000 ਲਾਇਆ ਕੋ 40-45000 ਤੱਕ ਦੇ ਸੀ ਕਿਉਂ ਲਾ ਲਓ ਦੋ ਸੇਰ ਖਾ ਜਾਂਦਾ ਹੋਏਗਾ 17 ਸਾਲਾਂ ਵਾਲਾ Imran Khan ਦੋ ਸੇਰ ਕਿਉਂ ਖਾ ਜਾਂਦਾ ਹੋਏਗਾ ਮਹੀਨੇ ਦਾ ਅੱਛਾ ਜੀ ਅੱਗੇ ਉਹਨਾਂ ਆਖਿਆ ਜੀ ਚਾਹੇ ਦੁੱਧ ਅਗਰ ਦਿੰਦੇ ਐ ਤਾਂ ਹੁਣ ਨਹੀਂ ਪਤਾ ਕਿੰਨੇ ਦਿਨ ਚਾਸ਼ਾ ਵੈਸੇ ਦਿੰਦੇ ਹੀ ਹੋਣਗੇ ਜ਼ਾਹਿਰ ਹੈ ਉਹ ਵੀ ਅਗਰ Imran Khan ਦੇ ਪੱਲਿਓ ਹੀ ਲਾਉਣੀਆਂ ਸਾਰੀ ਤੇ ਉਹ ਵੀ ਲਾ ਲਓ ਉਹ 20000 ਰੁਪਏ ਦਾ ਬਣਦਾ ਹੋਏਗਾ ਉਹਨਾਂ ਆਖਿਆ ਜੀ ਇਹ ਉੱਪਰ ਜਿਹੜੀਆਂ ਸਾਰੀਆਂ ਜ਼ਰਬਾਂ ਤਕਸੀਮਾ ਕੀਤੀਆਂ ਨੇ ਇਹ 6 ਮਹੀਨੇ ਦੀ ਖੁਰਾਕ ਜਿਹੜੀ ਨਾ 230000 ਇਹਨਾਂ ਬਣਾਈ 2.5 ਲੱਖ ਲਾ ਲਓ ਕੋ ਦੋ ਚਾਰ ਚੀਜ਼ਾਂ ਹੋਰ ਉੱਤੇ ਕਰਕੇ ਇਹ 2.5 ਲੱਖ ਰੁਪਏ ਦੀ 6 ਮਹੀਨੇ ਦੀ ਖੁਰਾਕ ਬਣਦੀ ਜਿਹੜੀ ਅਸੀਂ ਤੁਹਾਨੂੰ ਕੱਢ ਕੇ ਦਿਤੀ ਹੈ ਠੀਕ ਹੈ ਜੀ ਉਹਨਾਂ ਕਹੇ ਜੀ ਅਗਰ ਇਹਨੂੰ ਡਬਲ ਟ੍ਰਿਪਲ ਵੀ ਕਰ ਲੋ ਡਬਲ ਕਰ ਲੋ 5 ਲੱਖ ਬਣ ਜੇਗੀ ਟ੍ਰਿਪਲ ਕਰ ਲੋਗੇ 7.5 ਲੱਖ ਰੁਪਇਆ ਬਣ ਜੇਗੀ ਇਹ 36 ਲੱਖ ਰੁਪਏ ਤੁਹਾਡਾ ਕਿਹੜਾ ਤਾਇਆ ਖਾ ਗਿਆ ਇਹ ਤਾਂ ਸੋ ਸਾਨੂੰ ਵੀ ਇਬਰਾਨ ਖਾਨ ਦੇ ਖਾਤੇ ਦੇ ਵਿੱਚ ਕਿਤੇ ਨਵਾਸ਼ ਸ਼ਰੀਫ ਨੂੰ ਤੇ ਨਹੀਂ ਜਰ ਜੌਂਡ ਹੈ ਤੁਹਾਡਾ ਬੇੜਾ ਕਰਕੇ ਕਿਉਂਕਿ ਉਹ ਵੀ ਲੈ ਲੈਂਦਾ ਪਾਕਿਸਤਾਨ ਨੂੰ ਕਈ ਮਹੀਨੇ ਤੋਂ ਉਹਦਾ ਰਾਜ ਜਿਹੜਾ ਕਿਉਂਕਿ ਸਾਨੂੰ ਪਤਾ ਵੀ ਇਹ ਰਾਜ ਹਮੇਸ਼ਾ ਕਿਸੇ ਦੇ ਪੱਲਿਓਂ ਹੀ ਮਾਰਦੇ ਨੇ ਆਮ ਤੌਰ ਤੇ ਤੇ ਤੁਹਾਨੂੰ ਮੇਰੀ ਗੱਲ ਬਖੌਲ ਲੱਗਣ ਦੀ ਹੋਏਗੀ ਪਰ ਰੱਬ ਦੀ ਕਸਮੇ ਮੈਨੂੰ ਇਹ ਆਪ ਬਿਊਰੋਕਰੇਟਾਂ ਨੇ ਪੰਜਾਬ ਦੱਸਿਆ ਸੀ ਕਿ ਇਹਨਾਂ ਦੇ ਵਾਲਦ ਸਾਹਿਬ ਦੀ ਕਬਰ ਤੇ ਜਿਹੜੀ ਇਬਾਦਤ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਕੋਈ ਸਦਕੇ ਸੁਦਕੇ ਦਾ ਬੱਕਰਾ ਆਈਆ ਕੋ ਖਤਮ ਦਾ ਬੱਕਰਾ ਉਹ ਵੀ ਸਰਕਾਰੀ ਪੈਸਿਆਂ ਤੋਂ ਹੀ ਹੁੰਦਾ ਸੀ ਇਹ ਹਰਸ਼ੈ ਹੀ ਸਰਕਾਰ ਤੇ ਹੀ ਕਰਦੇ ਨੇ ਮੈਂ ਤੁਹਾਨੂੰ ਇਹ ਦੱਸਾਂ ਵੀ ਇਹਦੇ ਤੇ ਇਹ ਇਹ ਇਹਨਾਂ ਦੇ ਜਿਹੜੇ ਨਾ ਉਹ ਕਿਸੇ ਆਖਿਆ ਸੀ ਕਿਸੇ ਸਾਫੀ ਨੇ ਵੀ ਜਿਹੜਾ ਬਾਥਰੂਮ 아이 ਟਿਸ਼ੂ ਪੇਪਰ ਇਸਤੇਮਾਲ ਕਰਦੇ ਨੇ ਉਹ ਵੀ ਤੁਹਾਡੇ ਮੇਰੇ ਪੈਸਿਆਂ ਤੇ ਹੀ ਕਰਦੇ ਨੇ ਮਤਲਬ ਖਾਂਦੇ ਤੇ ਕੱਢਦੇ ਸਾਰਾ ਕੁਝ ਹੀ ਮਾਜਰਤ ਨਾਲ ਸਰਕਾਰੀ ਪੈਸੇ ਤੇ ਹੀ ਨੇ ਇਹਨਾਂ ਦੇ ਆਪਣੇ ਪੱਲਿਓਂ ਕਰਨ ਵਾਲਾ ਕੋਈ ਕੰਮ ਨਹੀਂ ਤੇ ਦੂਜੇ ਪਾਸੇ ਇਮਰਾਨ ਖਾਨ ਨੂੰ ਹੁਣੇ ਇੱਕ ਤੇ ਜੇਲੇ ਰੱਖਿਆ ਇਮਰਾਨ ਖਾਨ ਨੂੰ ਇੱਕ ਬਿੜਾ ਕਰਕੇ ਇਹਨਾਂ ਦਾ ਇਹ ਕੀ ਇਹ ਨਾ ਕੀਤਾ ਕੌਮ ਦੇ ਨਾਲ ਦੂਜੇ ਉਤੋਂ ਉਹਨੂੰ ਲੁੱਟਣ ਵੀ ਰਹੇ ਨੇ ਕਿਉਂਕਿ ਇਹ ਜਿਹੜਾ 36 ਲੱਖ ਰੁਪਈਆ ਨਾ Imran Khan ਕੋਲ ਲੈਣਾ ਉਹ ਦਿੰਦਾ ਆਰਮੀ ਨੇ ਪੈਸੇ ਆਪਣੀ ਰੋਟੀ ਦੇ ਪੈਸੇ Imran Khan ਸਾਹਿਬ ਪੱਲਿਓਂ ਦਿੰਦੇ ਨੇ ਤੇ ਇਹ ਆਪ ਮੰਨਦੇ ਵੀ ਨੇ ਕਿ ਜੀ ਇਹ ਜਿਹੜਾ ਖਰਚਾ ਹੈ ਨਾ ਇਹ ਉਹਨਾਂ ਦਾ ਅਕਾਊਂਟ ਖੁੱਲਿਆ ਜਿਸ ਚ ਉਹਨਾਂ ਦੇ ਘਰ ਵਾਲੇ ਪੈਸੇ ਜਮ੍ਹਾਂ ਕਰਾਉਂਦੇ ਨੇ ਅਜੀਜ਼ ਉਹਨਾਂ ਦੇ ਘਰ ਵਾਲੇ ਉਹਨਾਂ ਦੀ ਫੈਮਿਲੀ ਉਹ ਪੈਸੇ ਜਮ੍ਹਾਂ ਕਰਾਉਂਦੇ ਨੇ ਤੇ ਉੱਥੋਂ ਅਸੀਂ ਖਰਚਾ ਕਰਦੇ ਮਤਲਬ Imran Khan ਨੂੰ ਜੇਲੇ ਤੇ ਟੱਕਿਆ ਇੱਕ ਗੱਲ ਅਲੱਗ ਹੈ ਨਾਲ ਵੇਖੋ ਉਹਦੀ ਰੋਟੀ ਦੇ ਉੱਤੇ ਵੀ ਕ腐ਪਸ਼ਨ ਕਰਨ ਡਏ ਨੇ ਉੱਥੋਂ ਵੀ ਮਾਲ ਬਣਾਉਣ ਡਏ ਨੇ ਜਿਹੜੀ 2.5 ਲੱਖ ਦੀ ਰੋਟੀ ਹੈ ਉਹ 36 ਲੱਖ ਰੁਪਏ ਦੀ ਜਿਹੜੀ ਹੈ ਉਹ ਰੋਟੀ ਜਿਹੜੀ ਬਣਾ ਕੇ ਤੇ ਆਵਾਮ ਨੂੰ ਠੱਗਣ ਡਏ ਨੇ ਇਹ ਆਵਾਮ ਨੂੰ ਵੀ ਤੇ ਨਾਲ ਇਮਰਾਨ ਖਾਨ ਨੂੰ ਵੀ ਠੱਗਣ ਡਏ ਨੇ ਪਰ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਇਮਰਾਨ ਖਾਨ ਮਲੰਗਾ ਆਦਮੀ ਹੈ ਦਰਵੇਸ਼ ਬੰਦਾ ਹੈ ਉਹਦੀ ਰੱਬ ਨਾਲ ਸਿੱਧੀ ਹੈ ਉਹਦਾ ਰੁਪਈਆ ਜਿਹਨੇ ਖਾਦਾ ਉਹਦੇ ਕੋਲੋਂ ਹਜ਼ਮ ਤੇ ਕੋਈ ਨਹੀਂ ਕੀਤਾ ਜਾਣਾ ਤੇ ਇਹ ਅੱਜ ਨਹੀਂ ਤੇ ਕੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵੀ ਇਹ 36 ਲੱਖ ਰੁਪਏ ਦੇ ਵਿੱਚੋਂ ਕਿਨੂੰ ਕਿਨੂੰ ਲਜਾਉਂਦੇ ਰਹੇ ਨੇ ਬਹਰਾਲ ਇਹ ਇੱਕ ਹਾਸਾ ਵੀ ਬਣ ਗਿਆ ਤੇ ਮਾਹੌਲ ਵੀ ਬਣ ਗਿਆ ਵੀ Imran Khan 36 ਲੱਖ ਰੁਪਏ ਦੇ ਖਾਬੇ ਉਥੇ ਖਾ ਗਿਆ ਹੁਣ ਅਗਲੀ ਗੱਲ ਵੇਖੋ ਇਸੇ ਗੱਲ ਦੇ ਵਿੱਚੋਂ ਇੱਕ ਭਰਾ ਨੇ ਬੜੀ ਜ਼ਬਰਦਸਤ ਗੱਲ ਕਹੀ ਓਨੇ ਇਹ ਗੱਲ ਕਹੀ ਏ ਅ ਅਮੀਰ ਮਿਰਜ਼ਾ ਉਹਨਾਂ ਨੇ ਇਹ ਗੱਲ ਕਹੀ ਏ ਉਨਾ ਆਖਿਆ ਜੀ 20000 ਰੁਪਏ ਇਹ ਜੇ ਇਹਨਾਂ ਦਾ ਹਿਸਾਬ ਲਾਈਏ 36 ਲੱਖ ਦਾ ਤੇ ਇਹ 20000 ਰੁਪਏ ਰੋਜ਼ ਦੀ ਰੋਟੀ ਬਣਦੀ ਇੱਕ ਦਿਨ ਦੀ ਆਹੋ ਇਹ ਆਂਦੇ ਨੇ ਵੀ Imran Khan ਰੋਜ਼ 20000 ਰੁਪਏ ਦਾ ਟੁੱਕਰ ਖਾ ਜਾਂਦਾ ਤੇ ਇਹ ਜੇ ਤਿੰਨ ਵਕਤ ਦੀ ਰੋਟੀ ਲਾਓ ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਦੋ ਵੇਲੇ ਖਾਂਦੇ ਨੇ ਜੇ ਤਿੰਨ ਵੇਲੇ ਲਾਓ ਤੇ 7000 ਰੁਪਏ ਦੀ ਇੱਕ ਇੱਕ ਵਾਰ ਇੱਕ ਵੇਲੇ ਦੀ ਰੋਟੀ Imran Khan ਨੂੰ ਖਵਾਉਂਦੇ ਨੇ ਅਮੀਰ ਮਿਰਜ਼ੇ ਨੇ ਆਖਿਆ ਵੀ ਬੰਦੇ ਦੇ ਪੁੱਤਰੋ ਜੇ ਉਹ 20000 ਰੁਪਏ ਦੀ ਰੋਟੀ ਇੱਕ ਦਿਨ ਖਾਂਦਾ ਤੇ ਬੜਾ ਮਹਿੰਗਾ ਕਹਿਦੀ ਇਹਨੂੰ ਬਾਹਰ ਕੱਢੋ ਇਹਨੂੰ ਜੇਲੇ ਕੋ ਰੱਖਿਆ ਜੇ ਐਟਾ ਐਡਾ ਪਰ ਆ ਕਹਿਦੀ ਤੇ ਵੀਰੇ ਇਹਨੂੰ ਬਾਹਰ ਕੱਢੋ ਜੇਲ ਤੋਂ ਇਮਰਾਨ ਖਾਨ ਨੂੰ ਇਹ ਤੇ ਇੱਕ ਹੋਰ ਵਜ੍ਹਾ ਬਣ ਗਈ ਹੈ ਵੀ ਬਈ ਐਡਾ ਮਹਿੰਗਾ ਕਹਿਦੀ ਭੰਡਿਆ ਭਾਵੇਂ ਉਹਦੇ ਕੋਲ ਹੀ ਪੈਸੇ ਲੈਣ ਡਏ ਹੋ ਤੁਸੀਂ ਉਹਦੀ ਜੇਬੋਂ ਹੀ ਲੈਣ ਡੇ ਪਰ ਇਹ ਤੇ ਬੜਾ ਨੁਕਸਾਨ ਦਾ ਕੰਮ ਬਾਹਰ ਕੱਢੋ ਐਡਾ ਉਹ ਜ਼ਬਰਦਸਤ ਆਦਮੀ ਸੀ ਪਾਕਿਸਤਾਨ ਲਈ ਐਡੇ ਚੰਗੇ ਕੰਮ ਕਰਨ ਡਿਆ ਸੀ ਇਹ ਤੁਸੀਂ ਕੰਮ ਕੀ ਕੀਤਾ ਇਹ ਵੀ ਚੰਗੀ ਗੱਲ ਹੈ ਵੈਸੇ ਅੱਜ ਜੀ ਅਗਲੀ ਗੱਲ ਉਹ ਨਾ ਕੀਤੀ ਹੈ ਕਿਸੇ ਹੋਰ ਦੋਸਤ ਨੇ ਹਾਂ ਜੀ ਇਹਨਾਂ ਦਾ ਪੁੱਤਰ ਜੀ ਤੁਸੀਂ ਠੀਕ ਨਾਂ ਰੱਖਿਆ ਹਾਂਜੀ ਤੇ ਨਾਂਜੀ ਅੱਜ ਕੱਲ ਜਿਵੇਂ ਚੌਰੀ ਨਿਜ਼ਾਮਦੀਨ ਲੋਕਾਂ ਨੂੰ ਫੜਦਾ ਫਿਰਦਾ ਐ ਹੀ ਠੀਕ ਹੈ ਹਾਂਜੀ ਰੱਖੀ ਕੰਮ ਚਲਾਓ ਤੇ ਇਹਦੇ ਨਾਲ ਹੀ ਕੰਮ ਠੀਕ ਹੈ ਉਹਨਾਂ ਆਖਿਆ ਜੀ ਫਾਰਮ ਜਿਹੜਾ 45 ਹੈ ਨਾ ਉਹਦੇ ਮੁਤਾਬਕ ਇਮਰਾਨ ਖਾਨ ਦਾ ਜੀਲ ਚ ਜਿਹੜਾ ਖਾਣਾ ਹੈ ਨਾ ਉਹ 6 ਮਹੀਨੇ ਦਾ ਹੋਇਆ ਸੀ 3.5 ਲੱਖ ਅਸੀਂ ਲਾਇਆ ਸੀ 35000 ਰੁਪਏ ਉਹਨਾਂ ਆਖਿਆ ਜੀ 35000 ਹੈ ਚਲੋ ਸਾਢੇ 3 ਲਾ ਲਓ ਇਹਨਾ 35 ਲਿਖਿਆ ਮੈਨੂੰ ਲੱਗਦਾ ਸਿਫਰਾ ਕਿਤੇ ਵੀ ਭੁੱਲ ਗਏ ਨੇ ਚਲੋ ਜੀ ਅਸੀਂ 2.5 ਲੱਖ ਲਾਇਆ ਸੀ ਇਹਨਾ ਸਾਢੇ 3 ਲੱਖ ਲਾ ਲਿਆ ਇਹ 35000 ਲਾ ਲਿਆ ਉਹਨਾਂ ਕਹਿੰਦੇ ਲੇਕਿਨ ਫਾਰਮ 47 ਦੇ ਮੁਤਾਬਕ ਇਮਰਾਨ ਖਾਨ ਦੇ ਇਮਰਾਨ ਖਾਨ ਦੇ ਜੇਲ੍ਹ ਦੇ ਖਾਣੇ 'ਚ ਸਾਢੇ 3 ਲੱਖ ਦੇ ਸਾਹਮਣੇ ਇੱਕ ਸਿਫਰਾਈ ਲਾਇਆ ਉਹਨਾਂ ਹੋਰ ਕੀ ਲਾਇਆ ਦੱਸੋ ਵੈਸੇ ਤੁਸੀਂ ਵੀ ਨਾ ਇਤਰਾਜ਼ ਬੜਾ ਕਰਦੇ ਹੋ ਮੇਰ ਨਾਲ ਰਲ ਕੇ ਮੈਨੂੰ ਵੀ ਪੈੜੀ ਆਦਤ ਐਵੇਂ ਇਤਰਾਜ਼ ਠੋਕੀਆ ਉਹਨੇ ਠੋਕੀਆ ਉਹਨੇ ਬਾਜੀ ਮਰੀਮ ਦੀ ਹਕੂਮਤ ਦੇ ਉੱਤੇ ਫੇ ਕੀ ਕੀਤਾ ਉਹਨੇ ਬਾਜੀ ਨੇ ਕੋਈ ਨਾ ਇੱਕ ਦਾ ਇਨਸਾਲ ਆਇਆ ਨਾ ਦੋ ਨਾ ਤਿੰਨ ਨਾ ਚਾਰ ਨਾ ਪੰਜ ਸਿਫਰੇ ਦੀ ਕੀ ਇੱਜ਼ਤ ਹੁੰਦੀ ਹੈ ਇਕੱਲੇ ਦੀ ਸਿਫਰੇ ਦੀ ਤਾਂ ਕੋਈ ਵੈਲਿਊ ਨਹੀਂ ਨਾ ਉਹ ਸਿਫਰਾ ਲਾ ਦਿਓ ਨਾ ਲਾ ਦਿਓ ਆਵੰਦੇ ਨੇ ਉਹਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਇੱਕ ਸਿਫਰਾ ਹੀ ਲਾਇਆ ਸਾਢੇ 3 ਲੱਖ ਦੇ ਅੱਗੇ ਤੇ ਉਹ 35 ਲੱਖ ਬਣ ਗਿਆ 36 ਲੱਖ ਬਣ ਗਿਆ ਤੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਉਹਨਾਂ ਆਖਿਆ ਜੀ ਇਹ ਹੀ ਕਾਰਵਾਈ ਕੀਤੀ ਹੋਣੀ ਹੈ ਇਹ ਹਾਂਜੀ ਸਾਹਿਬ ਨੇ ਵੀ ਇਹ ਹੀ ਗੱਲ ਕੀਤੀ ਹੈ ਅਗਲੀ ਤੁਹਾਡੇ ਸਾਹਮਣੇ ਇੱਕ ਹੋਰ ਦੋਸਤ ਨੇ ਇਹ ਇਹਨਾਂ ਵੀ ਨਾਂ ਠੀਕ ਰੱਖਿਆ ਫ੍ਰੋਮ ਕਰਾਊਡ ਟੂ ਨੇਸ਼ਨ ਐਵੀ ਠੀਕ ਹੈ ਇਹ ਅੰgendੇ ਕਾਰਵਾਈਆਂ ਇਹਨਾਂ ਨਾਲ ਕਰੋ ਇਹ ਇਸੇ ਕਾਬਲ ਨੇ ਨਾ ਸਹੀ ਨਾ ਰੱਖੋ ਇਹਨਾਂ ਨਾਲ ਵਰਨਾ ਇਹ ਇਹਨਾਂ ਦੇ ਕੋਲ ਹੋਰ ਕੋਈ ਗਿੱਦੜ ਸਿੰਘ ਨਹੀਂ ਆ ਨਾ ਸ਼ਾਂਤ ਤਸਵੀਰਾਂ ਚਸਵੀਰਾਂ ਵੇਖ ਕੇ ਤੁਹਾਨੂੰ ਪੜਦੇ ਨੇ ਉਹਨਾਂ ਆ ਗਿਆ ਸ਼ਬਾਜ਼ ਗਿੱਲ ਸਾਹਿਬ ਇਹ 3.5 ਲੱਖ ਦੇ ਅੱਗੇ ਇੱਕ ਸਿਫਰਾ ਲਾਇਆ ਇਹ ਫਾਰਮ 47 ਆਪ ਤੁਹਾਡਾ ਬੇੜਾ ਕਰਖ ਜਾਏ ਉਹਨਾਂ ਕਹਿਆ ਜੀ ਇਹ ਫਾਰਮ 47 ਵਾਲਾ ਰਿਜ਼ਲਟ ਹੈ ਫਾਰਮ 43 ਵਾਲਾ ਰਿਜ਼ਲਟ ਨਹੀਂ ਹੈ ਇਮਰਾਨ ਖਾਨ ਦੀ ਰੋਟੀ ਤੇ ਵੀ ਇਹਨਾਂ ਫਾਰਮ 47 ਕੱਢ ਲਿਆ ਇਹ ਮੈਨੂੰ ਲੱਗਦਾ ਇਹਦੇ ਵਿੱਚ ਵੀ ਕਿਤੇ ਚੋਰੀ ਨਿਜ਼ਾਮਦੀਨ ਆ ਗਿਆ ਇਹ ਇਹਨਾਂ ਕੱਲਿਆਂ ਦਾ ਕੰਮ ਨਹੀਂ ਜਿੱਡਾ ਇਹਨਾਂ ਕੰਮ ਪਾ ਛੜਿਆ ਹੈ ਨਾ ਮੈਂ ਤੁਹਾਨੂੰ ਦੱਸਾਂ ਇਹ ਐਡੀ ਬੇਈਮਾਨੀ ਕੱਲੇ ਨਹੀਂ ਸੀ ਕਰ ਸਕਦੇ ਇਹਨਾਂ ਦੇ ਨਾਲ ਚੋਰੀ ਨਿਜ਼ਾਮਦੀਨ ਵੀ ਰਲਿਆ ਹੈ ਵੇਖੋ ਇਮਰਾਨ ਖਾਨ ਦੇ ਪੱਲੇ 36 ਲੱਖ ਦਾ ਟੁੱਕਰ ਤੇ ਉਸ ਦਰਵੇਸ਼ ਬੰਦੇ ਨੇ ਜਿਹੜੀ ਸਾਰੀ ਉਮਰ ਹੱਕ ਹalal ਦੀ ਕਮਾਈ ਹੈ ਇਹ ਉਹਦੇ ਕੋਲੋਂ ਵੇਖੋ 6 ਮਹੀਨਿਆਂ ਦੇ ਵਿੱਚ ਘਟੋ ਘਟ ਵੀ ਰੁਪਈਆ 32 33 ਲੱਖ ਆ ਗਏ ਨੇ 32 33 ਲੱਖ ਰੁਪਈਆ ਉਹਦੀ ਜੇਬ ਚੋਂ ਵੀ ਕੱਢ ਗਏ ਨੇ ਇਮਰਾਨ ਖਾਨ ਦੀ ਜੇਬ ਚੋਂ ਵੀ ਧੋਖੇ ਨਾਲ ਪੈਸੇ ਤੇ ਸਾਰੇ ਉਹਨੂੰ ਦੇਣੇ ਪੈਣੇ ਨੇ ਇਹ ਸਾਰੀ ਰੋਟੀ ਟੁੱਕਰ ਦੇ ਜਿਹੜਾ ਮਾਮਲਾ ਹੈ ਇੱਕ ਤੇ ਤੁਹਾਡੇ ਸਾਹਮਣੇ ਗੱਲ ਰੱਖਣੀ ਦੂਜੀ ਗੱਲ ਰੱਖਣੀ ਹੈ ਉਹ ਤਸ਼ਵੀਸ਼ ਦੀ ਗੱਲ ਹੈ ਉਹ ਤਸ਼ਵੀਸ਼ ਦੀ ਗੱਲ ਇਹ ਹੈ ਕਿ ਸਾਡੇ ਆਸਤੇ ਇਹ ਬੜੀ ਜ਼ਰੂਰੀ ਗੱਲ ਐ ਇਸ ਵੇਲੇ ਬਣੀ ਹੈ ਕਿ ਰਾਣਾ ਸਨਾਉੱਲਾ ਨੇ 1 ਸਾਲ ਪਹਿਲਾਂ ਇਮਰਾਨ ਖਾਨ ਨੂੰ ਕਤਲ ਦੀ ਧਮਕੀ ਦਿੱਤੀ ਸੀ ਇਹ ਆਖਿਆ ਸੀ ਕਿ ਜਾਂ ਹੁਣ Imran Khan ਨਹੀਂ ਤੇ ਜਾਂ ਫਿਰ ਅਸੀਂ ਨਹੀਂ ਜੇ Imran Khan ਰਹਿ ਗਿਆ ਤੇ ਅਸੀਂ ਨਹੀਂ ਰਹਿ ਸਕਣਾ ਤੇ ਜੇ ਅਸੀਂ ਰਹਿ ਤੇ ਫਿਰ ਉਹ ਨਹੀਂ ਰਹਿ ਸਕਣਾ ਫਿਰ ਉਸ ਤੋਂ ਬਾਅਦ ਤੁਸੀਂ ਵੇਖਿਆ ਕਿ Imran Khan ਤੇ ਕਾਤਲਾਨਾ ਹਮਲਾ ਵੀ ਹੋਇਆ ਫਿਰ ਤੁਸੀਂ ਵੇਖਿਆ ਕਿ Imran Khan ਦੇ ਉੱਤੇ ਇੱਕ ਨਹੀਂ ਕਈ ਕਾਤਲਾਨਾ ਹਮਲੇ ਹੋਏ ਫਿਰ ਉਹਨੂੰ ਜੇਲੇ ਪਾਇਆ ਗਿਆ 200 ਕੇਸ ਕੀਤੇ ਗਏ ਉਹਦੀ ਪਾਰਟੀ ਨਾਲ ਕੀ ਹੋਇਆ ਪਾਰਟੀ ਦੇ ਲੋਕਾਂ ਨੂੰ ਸ਼ਹੀਦ ਕੀਤਾ ਹੁਣ ਫਿਰ ਰਾਣੇ ਸਨਾਉੱਲਾ ਨੇ ਦੋ ਟੈਲੀਵਿਜ਼ਨ ਇੰਟਰਵਿਊਜ਼ ਦੇ ਵਿੱਚ ਅੱਗੇ ਪਿੱਛੇ ਹੇਠ ਉੱਤੇ ਦੋ ਵਾਰੀ ਆਖਿਆ ਵੀ ਜੇ ਇਮਰਾਨ ਖਾਨ ਰਹਿ ਗਿਆ ਇਹਨੂੰ ਖਤਮ ਕਰਨਾ ਪੈਣਾ ਹੈ ਜੇ ਰਹਿ ਗਿਆ ਤੇ ਫਿਰ ਅਸੀਂ ਨਹੀਂ ਰਹਿ ਸਕਣਾ ਤੇ ਜੇ ਅਸੀਂ ਰਹਿ ਗਏ ਤੇ ਫਿਰ ਇਹਨੂੰ ਨਹੀਂ ਛੱਡਣਾ ਅਸੀਂ ਇਹ ਗੱਲ ਉਹਨੇ ਸਿੱਧੀ ਕੀਤੀ ਏ ਇਹ ਪਹਿਲਾਂ ਵੀ ਜਿਹੜਾ ਵਜ਼ੀਰਾਬਾਦ ਦੇ ਵਿੱਚ ਇਮਰਾਨ ਖਾਨ ਤੇ ਕਾਤਲਾਨਾ ਹਮਲਾ ਹੋਇਆ ਸੀ ਉਹਦੀ ਜਿਸ ਵੇਲੇ ਜੀਆਈਟੀ ਨੇ ਇਨਵੈਸਟੀਗੇਸ਼ਨ ਕੀਤੀ ਸੀ ਐ ਵਾਜ਼ੇ ਹੋ ਗਿਆ ਸੀ ਕਿ ਉਹਦੇ ਵਿੱਚ ਰਾਣਾ ਸਨਾਉੱਲਾ ਵੀ ਸ਼ਾਮਿਲ ਹੈ ਇਮਰਾਨ ਖਾਨ ਨੇ ਗੱਲ ਕਰ ਵੀ ਦਿੱਤੀ ਸੀ ਟੀਵੀ ਦੇ ਉੱਤੇ ਤੁਹਾਡੇ ਸਾਰਿਆਂ ਦੇ ਨਾਲ ਤੇ ਜਿਹੜਾ ਬੰਦਾ ਪਹਿਲੇ ਇਮਰਾਨ ਖਾਨ ਨੂੰ ਕਤਲ ਕਰਾਉਣਾ ਚਾਹੁੰਦਾ ਸੀ ਉਹ ਹੁਣ ਫੇਰ ਇਮਰਾਨ ਖਾਨ ਦੇ ਕਤਲ ਦੀਆਂ ਧਮਕੀਆਂ ਦੇ ਰਿਹਾ ਹੈ ਇਹ ਬੜੀ ਸੰਜੀਦਾ ਗੱਲ ਹੈ ਇਹ ਬੜੀ ਇਹ ਧੋਖਾਲੀ ਗੱਲ ਹੈ ਇਹਦੇ ਉੱਤੇ ਕੋਰ ਕਮੇਟੀ ਸਾਰੀ ਨੇ ਫੈਸਲਾ ਕੀਤਾ ਪੀਟੀਆਈ ਦੀ ਕਿ ਖੈਬਰ ਪਖਤੂਨਖਵਾ ਦੀ ਹਕੂਮਤ ਹੈ ਕਿ ਹੋਰ ਥਾਂ ਤੇ ਕਿਸੇ ਤੇ ਇਹ ਐਫ ਆਈ ਆਰ ਹੋਣੀ ਨਹੀਂ ਟੀਵੀ ਤੇ ਕਿਉਂਕਿ ਇੰਟਰਵਿਊ ਦਿੱਤਾ ਹੈ ਤੇ ਉਹ ਤੇ ਹੁਣ ਚੌਰੀ ਨਿਜ਼ਾਮਦੀਨ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਇੱਕ ਨਾਈ ਜਿਹੜਾ ਸ਼ੇਵ ਕਰਦਾ ਉੱਠ ਕੇ ਪਰਚੇ ਦਰਜ ਕਰਾ ਦਿੰਦਾ ਹੈ ਕਿ ਜੀ ਇਹ ਸ਼ਹਾਬਜ਼ ਗਿਲ ਨੇ ਇੱਕ ਕਰਾਚੀ ਦੇ ਨਾਈ ਨੇ ਪਰਚਾ ਦਰਜ ਕਰਾਇਆ ਸੀ ਕਿ ਇਹ ਸ਼ਹਾਬਜ਼ ਗਿਲ ਨੇ ਗਦਰਾਰੀ ਕੀਤੀ ਬਗਾਵਤ ਕੀਤੀ ਮੈਂ ਕਿਸੇ ਦੀ ਸ਼ੇਵ ਕਰ ਰਿਹਾ ਸਾਂ ਤੇ ਮੈਂ ਉਹ ਸ਼ੇਵ ਕਰਦਾ ਕਰਦਾ ਰੁਕਿਆ ਸਾਹ ਲਿਆ ਤੇ ਮੈਂ ਟੀਵੀ ਤੇ ਵੇਖਿਆ ਜਾਂ ਪਤਾ ਨਹੀਂ ਫੋਨ ਤੇ ਵੇਖਿਆ ਆਪਣੇ ਮੋ ਸਿਲੰਡਰ ਵੇਚਣ ਵਾਲਾ ਸੀ بلوچستان ਚ ਉਹਨੇ ਵੀ ਮੇਰੇ ਤੇ ਐਨਜੀ ਪਰਚਾ ਕਰਾਇਆ ਸੀ ਕਿ ਜੀ ਮੈਂ ਦੁਕਾਨ ਤੇ ਬੈਠਾ ਹਾਂ ਤੇ ਮੈਂ ਆਪਣੇ ਫੋਨ ਤੇ ਵੇਖਿਆ ਬਿਸ਼ਵਾਦ ਗਿਲ ਅਦਾਰਿਆਂ ਦੇ ਖਿਲਾਫ ਫੌਜ ਦੇ ਖਿਲਾਫ ਬਗਾਵਤ ਤੇ ਗਦਾਰੀ ਦੀਆਂ ਤਕਰੀਰਾਂ ਕਰ ਰਿਹਾ ਤੇ ਉੱਤੇ ਪਰਚਾ ਦਰਜ ਕਰ ਦਿਓ ਤੇ ਹੁਣ ਉਸ ਹਿਸਾਬ ਨਾਲ ਫਿਰ ਐਫ ਆਈ ਆਰ ਇੱਕ ਦਰਜ ਹੋਣੀ ਚਾਹੀਦੀ ਹੈ ਕੇ ਪੀ ਕੇ ਦੇ ਵਿੱਚ ਰਾਣਾ ਸੁਨਾਵਲਾ ਬੜੀਆਂ ਸੰਜੀਦਾ ਜਿਹੜੀਆਂ ਨੇ ਉਹ ਧਮਕੀਆਂ ਲਾ ਰਿਆ ਪਹਿਲੇ ਵੀ ਇਹਦੇ ਨਤੀਜੇ ਨਿਕਲੇ ਨੇ ਬੜੇ ਸੰਜੀਦਾ ਤੇ ਹੁਣ ਅੱਗੋਂ ਵੀ ਅੱਲਾ ਮਾਫ ਕਰੇ ਹੋ ਜਾ ਨਤੀਜਾ ਨਾ ਨਿਕਲੇ ਇਸ ਆਸਤੇ ਕੋਰ ਕਮੇਟੀ ਨੇ ਫੈਸਲਾ ਕੀਤਾ ਔਰ ਉਮੀਦ ਕਰਦੇ ਕਿ ਛੇਤੀ ਐਫ ਆਈ ਆਰ ਦਰਜ ਹੋਏਗੀ ਔਰ ਲਫਾਫੇ ਚੁੱਪ ਨੇ ਇਹ ਗੱਲ ਕਿਤੇ ਪੀਟੀਆਈ ਵਾਲੇ ਕਿਸੇ ਬੰਦੇ ਨੇ ਕੀਤੀ ਹੁੰਦੀ ਤੇ ਇਹਨਾਂ ਕੱਪੜੇ ਲਾ ਕੇ ਬਾਜ਼ਾਰਾਂ ਦੇ ਵਿੱਚ ਪਟਣਾ ਸ਼ੁਰੂ ਕਰ ਦੇਣਾ ਸੀ। ਇਸ ਵੇਲੇ ਤੱਕ ਲਫਾਫੇ तमाम ਸਨਾਟੇ ਚ ਨੇ ਕਿਸੇ ਇਹ ਗੱਲ ਬੇਸ਼ਰਮੀ ਜਿਹੜੀ ਰਾਣਾ ਸਾਹਿਬ ਕੀਤੀ ਏ ਉਹਦੇ ਉੱਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਤੇ ਅੱਜ ਦੇ ਵੀ ਲਾਗ ਤੋਂ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਤੇ ਕੱਲ ਤੁਹਾਡੇ ਨਾਲ ਮਜ਼ੀਦ ਗੱਲਾਂ ਸਾਂਝੀਆਂ ਕਰਾਂਗੇ ਰੱਬ ਰਾਖਾ।